नमस्ते प्यारे दोस्तों, आज हमारे बीच में गुरदेव जी आए हुए हैं जिनका 15 सालों का एक्सपीरियंस मिस्त्री के काम में है तथा आज पहली बार हमने इनसे काम कराया तथा जो काम दो दिन में खत्म होना था उन्होंने आज ये आधे दिन में ही खत्म कर दिया। तो गुरदीप सिंह जी, आप ये बताइए कि आप इतनी क्षति काम कैसे खत्म कर लेते हैं? अगर मैं आपकी भाषा में कहूँगी, आप इतनी क्षति काम कैसे, मतलब ये तजुर्बा कैसे सीखा है कि एकदम आप खत्म कर देने हैं क्षति? मिस्त्री कुछ मतलब कई काम हाथ लाई जाएंगे ਮਤਲਬ ਮਸਾਲਾ ਮੈਂ ਲਾਤਾ, ਪਾਣੀ ਇਹਨਾਂ ਢੋਤਾ, ਇੱਟਾਂ ਕਿਰਿਆ ਮੈਂ ਕੀਤੀ, ਬਿਲਕੁਲ ਬਿਲਕੁਲ ਕੁਛ ਮਿਸਤਰੀ ਆ ਕੰਮ, ਲੇਬਰ ਕੰਮ ਫਿਰ ਤੁਸੀਂ ਆਪ ਕਰ ਸਕਦੇ ਹੋ। ਠੀਕ ਹੈ, ਕਈ ਅਜੇ ਮਿਸਤਰੀ ਹੁੰਦੇ ਆ ਜੋ ਲੇਬਰ ਕੰਮ ਨਹੀਂ ਕਰਦੇ, ਉਹ ਕਹਿੰਦੇ ਮਿਸਤਰੀ ਆ ਕੇ ਬੈਠ ਜਾਂਦੇ ਆ ਕਿ ਆਪ ਹੀ ਮਾਰ ਦੇ। ਹਾਂ, ਤੋ ਇਹਨਾਂ ਨੇ ਮਤਲਬ ਇਹ ਬਹੁਤ ਵਧੀਆ ਗੱਲ ਕਹੀ ਹੈ ਕਿ ਕਦੇ ਕਦੇ ਮਿਸਤਰੀ ਨੂੰ ਕਮਾਂਡਰ ਹੀ ਨਹੀਂ ਆਉਣਾ ਚਾਹੀਦਾ ਕਿ ਮੈਂ ਲੇਬਰ ਕੰਮ ਕਿਉਂ ਕਰਾਂ, ਮਾਲਕ ਆਪ ਲਗਾਏਗਾ ਪੈਸੇ, ਮਾਲਕ ਦੀ ਜੇਬ ਘੱਟ ਹੁੰਦੇ ਆ ਪੈਸੇ, ਇਸ ਕਰਕੇ ਉਹਨੂੰ ਮਿਸਤਰੀ ਨੂੰ ਲੇਬਰ ਦਾ ਕੰਮ ਵੀ ਕਰਨਾ ਚਾਹੀਦਾ, ਇਹ ਚੰਗੇ ਮਿਸਤਰੀ ਦੇ ਗੁਣ ਹਨ। ਇਸ ਤੋਂ ਇਲਾਵਾ ਤੁਸੀਂ ਇਹ ਦੱਸੋ ਕਿ ਆਪਾਂ ਕਿਵੇਂ ਲੇਬਰ ਕੰਮ ਲਈਏ, ਕਿ ਕਈ ਹੁੰਦੇ ਆ ਕਿ ਲੇਬਰ ਕੰਮ ਨਹੀਂ ਲੈ ਸਕਦੇ। ਹੁਣ ਜਿਵੇਂ ਤੁਹਾਡੇ ਕੋਲ ਲੇਬਰ ਆਇਆ, ਤੁਸੀਂ ਕਿਹਾ ਇਹ ਬੰਦਾ ਹੈ ਤੇ ਆਪਾਂ ਇਹਨਾਂ ਨੂੰ ਕੰਮ ਲੈਣਾ, ਇਹ ਕਿਵੇਂ ਲੈਣਾ ਚਾਹੀਦਾ ਹੈ? ਕਿ ਕਿਆ ਮਤਲਬ ਕਿ ਆਪਾਂ ਕਈ ਐਸੇ ਹੁੰਦੇ ਆ ਕਿ ਲੇਬਰ ਮਤਲਬ ਕੰਮ ਨਾ ਲਈਏ ਤੇ ਕੰਮ ਲੰਬਾ ਪੈ ਜਾਂਦਾ ਹੈ। ਮੈਂ ਵੀ ਦੇਖਿਆ ਕਿ ਤੁਸੀਂ ਜਿੰਨਾ ਕੰਮ ਆਪ ਕਰੇ ਆ ਉਸ ਤੋਂ ਵੀ ਕੰਮ ਬਹੁਤ ਲਿਆ, ਇਹ ਦੱਸੋਗੇ ਕਿ ਮਤਲਬ ਕਿਵੇਂ ਕੰਮ? ਕਈ ਬੰਦੇ ਕੰਮ ਚੋਰ ਹੁੰਦੇ ਆ ਨਾ। ਅੱਛਾ, ਤੁਸੀਂ ਇੱਥੇ ਆਏ, ਗੁਰਦੀਪ ਸਿੰਘ ਬਹੁਤ ਵਧੀਆ ਜਾਣਕਾਰੀ ਦਈ, ਭਗਵਾਨ ਨੂੰ ਅਰਦਾਸ ਕਰਦੇ ਹਾਂ ਤੁਸੀਂ ਲੋਕਾਂ ਦਾ ਜੋ ਵਪਾਰੀ ਬੰਦੇ ਆ, ਠੀਕ ਆ, ਜਿੰਨਾ ਜਿਵੇਂ ਘੱਟ ਪੈਸਾ ਉਹਨਾਂ ਭੱਲੇ ਦਾ ਕੰਮ ਸੋਚੋਗੇ, ਠੀਕ, ਛੇਤੀ ਛੇਤੀ ਕੰਮ ਪੂਰਾ ਕਰਕੇ ਦਿਓਗੇ। ਓਕੇ ਜੀ।